ਇਹ ਦੇਖੋ ਸਾਨੂੰ ਇਸ ਤਰ੍ਹਾਂ ਜੇ ਮੇਰੇ ਰਾਟ ਪਏ ਆ ਮੇਰੇ ਲੱਤ ਦੇ ਵਿੱਚ ਬਹੁਤ ਆ ਪਲੇਟਾਂ ਪਈਆਂ ਵਾ ਲੱਤ ਮੇਰੀ ਟੁੱਟੀ ਆ ਫੈਕਚਰ ਹੋਈ ਆ ਅਹੀਂ ਇਧਰ ਜਾ ਰਹੇ ਹਾਂ ਪਰੇਸ਼ਾਨੀਆਂ ਨੂੰ ਬਹੁਤ ਹੋਈ ਆ ਜਿਹੜੀ ਵੀ ਇਹਨਾਂ ਕੋਲ ਗੱਲ ਕਰਨੀ ਸੀ ਕਿ ਕੋਈ ਅਫਸਰ ਨਾਲ ਮਿਲਣਾ ਆਪਾਂ ਕਿਸੇ ਅਫਸਰ ਦੇ ਘਰ ਜਾ ਕੇ ਮਿਲੀਏ ਦਫਤਰੇ ਮਿਲੀਏ ਉਹਨੂੰ ਘੇਰ ਗਏ ਆਪਾਂ ਆ ਜਿਹੜਾ ਪਰੇਸ਼ਾਨ ਪਬਲਿਕ ਨੂੰ ਕਰ ਰਿਹਾ ਇਹ ਕਾਹਦੇ ਲਈ ਕਰ ਲਿਆ ਇਹ ਤਾਂ ਕਹਿੰਦੇ ਨਰਿੰਦਰ ਮੋਦੀ ਫਿਰੋਜ਼ਪੁਰ ਚ ਵੜਨਾ ਨਹੀਂ ਚਾਹੀਦਾ ਰਾਹ ਰੋਕ ਰਿਹਾ ਉਹਦਾ ਨਰਿੰਦਰ ਮੋਦੀ ਦੇ ਘਰੇ ਜਾਣ ਨਾ ਨਰਿੰਦਰ ਮੋਦੀ ਨੂੰ ਰਾਹ ਨਾ ਰੋਕਣਾ ਹੁਣ ਮੈਨੂੰ ਰਾਹ ਰੋਕੂਗਾ ਤੇ ਮੇਰੇ ਤੋਂ ਫਿਰ ਘਾਟਾ ਮੈਂ ਤੇ ਮੈਂ ਜੋ ਕਰਨਾ ਹੁਣ ਮੈਂ ਇੰਨਾ ਦੁਖੀ ਹੋਇਆ ਮੈਂ ਇਧਰ ਪਰੜੀ ਤੇ ਗਿਆ ਤੇ ਮੇਰੀ ਲਾ ਟੁੱਟੀ ਆ ਜੇ ਮੈਂ ਤੱ ਲੱ ਹਾਂਜੀ ਇਹਦੇ ਏਡੇ ਇਹ ਜੱਟ ਸਿੰਘ ਆ ਸਾਡੇ ਭਰਾ ਵਾ ਇਥੇ ਨਿਸ਼ਾਨ ਵੜਿਆ ਇਹਨਾਂ ਨੇ ਧੱਕੇ ਨਾ ਜਾ ਕੇ ਨਾ 500 ਕਿੱਲੇ ਦਾ ਮਾਲਕਾ ਜਾ ਕੇ ਉਹਨੇ ਆਪਣੇ ਰੱਖ ਲਿਆ ਵਾ ਇਥੋਂ ਕੋਈ ਲਿਜਾ ਨਹੀਂ ਸਕਦਾ ਫੌਜਾ ਲੈ ਕੇ ਆਈਆਂ ਵਾ ਪੀਰਾਵਾਲ ਪਿੰਡ 'ਚ ਰੱਖ ਕੇ ਆਂ ਚੌਂ ਪੰਚਾਇਤਾਂ ਨੂੰ ਕਹਿ ਕੇ ਆਏ ਵੀ ਆਪਦੇ ਇਕੱਠੇ ਹੋ ਕੇ ਆਣ ਕੇ ਇਹ ਕਰੋ ਏ ਪਰੇਸ਼ਾਨ ਮੇਰੇ ਜੱਟ ਭਰਾਓ ਨਾ ਤੰਗ ਕਰੋ ਨਾ ਤੰਗ ਕਰੋ ਅਸੀਂ ਤੁਹਾਡੇ ਗਾੜੀ ਹੱਥ ਜੋੜਦੇ ਆਂ ਮੋਦੀ ਨੂੰ ਤੁਸੀਂ ਫਰੋਜਪੁਰ ਚ ਕਿਉਂ ਨਹੀਂ ਵੜਦਣਾ ਮਰੋ ਜਿੰਨਾ ਤੱਕ ਜਿੰਦਾ ਹੋਣੇ ਤੇ ਰਹਿਣਾ ਹੀ ਰਹਿਣਾ ਉਹਦੇ ਨਾਲ ਘਰੇ ਜਾਏ ਗੱਲ ਕਰੋ ਮੋਦੀ ਸਾਹਿਬ ਸਾਨੂੰ ਆਹ ਚੀਜ਼ ਚਾਹੀਦੀ ਐ ਸਾਨੂੰ ਆਹ ਚੀਜ਼ ਸਾਡੇ ਜਿਹੜੇ ਕਾਨੂੰਨ ਐ ਏਦਾਂ ਲਓ ਆਹ ਸਾਨੂੰ ਕਿਉਂ ਪਰੇਸ਼ਾਨ ਕਰਦੇ ਅਸੀਂ ਤਾਂ ਟਾਕੀ ਕੋਆਇਆ ਚਾਹੇ ਤੁਹਾਡੀ ਕੋਈ ਚੀਜ਼ ਅਸੀਂ ਚੁੱਕੀ ਆ ਨਾ ਸਾਨੂੰ ਪੁੱਛੋ ਪਰ ਸਾਨੂੰ ਕਾਹਤੋਂ ਪਰੇਸ਼ਾਨ ਕਰਦਾ ਜੀ ਅੱਜ ਤੁਹਾਨੂੰ ਮਿਰਚਾਂ ਲੱਗਣੀਆਂ ਹੈ ਜਹੇਦਾਰ ਬਲਦੇਵ ਸਿੰਘ ਤੇਜੀ ਇਹ ਬਹੁਤ ਬੋਲ ਰਿਹਾ ਐ ਮੈਂ ਕਿਸੇ ਦੇ ਕਿਹੇ ਦਾ ਨਾਮ ਮਾੜਾ ਨਾ ਲੈ ਰਿਆ ਨਾ ਮੈਂ ਮੋਦੀ ਨੂੰ ਮਾੜਾ ਕਹਿ ਰਿਹਾ ਤੇ ਨਾ ਮੈਂ ਤੁਹਾਨੂੰ ਜਟਾ ਸਿੰਘਾਂ ਨੂੰ ਕਹਿ ਰਿਹਾ ਮੈਂ ਕਿ ਨਾ ਵੀ ਰੋਡ ਨਾ ਰੋਕੋ ਰੋਡ ਦੇ ਵਿੱਚ ਕਿਸੇ ਦੇ ਪੀੜ ਵੀ ਹੋ ਰਹੀ ਹੈ ਕੋਈ ਤਕਲੀਫ ਦੇ ਵਿੱਚ ਹੈ ਕੋਈ ਦੁਖੀ ਹੈ ਕੋਈ ਮਰਗਦੇ ਚੱਲਿਆ ਹੈ ਕਿਸੇ ਦੀ ਮੌਤ ਹੋਈ ਹੈ ਕੋਈ ਇਹ ਕੋਈ ਕਿਸੇ ਤਰੀਕੇ ਨਾਲ ਜਾ ਰਿਹਾ ਹੈ ਤੁਸੀਂ ਜਾਮ ਲਾ ਲਿਆ ਇਹ ਤੁਹਾਡਾ ਕੱਲਿਆਂ ਦਾ ਹੀ ਹੈ ਮਤਲਬ ਪੰਜਾਬ ਹੈ ਇਹ ਸਾਡਾ ਇਹਦੇ ਵਿੱਚ ਕੋਈ ਹੱਕ ਨਹੀਂ ਹੈ ਮੋਦੀ ਨੇ ਤੁਹਾਡਾ ਕਹਿਤਾ ਤਾਂ ਮੋਦੀ ਨੂੰ ਚਾਹੋ ਜੋ ਮਰਦੀ ਤੁਸੀਂ ਕਹੀਓ ਅਹੀਂ ਤੇ ਡਾਗੀ ਗਿਆ ਕਾਨੂੰਨ ਨਹੀਂ ਦੇਣੇ ਤੁਹਾਨੂੰ ਪਰੇਸ਼ਾਨ ਤੇ ਹੀ ਹੋਣਦੇ ਆ ਇਥੇ ਮੋਦੀ ਨਹੀਂ ਪਰੇਸ਼ਾਨ ਹੋਇਆ ਮੋਦੀ ਦੇ ਜਾਇ ਤੇ ਤਾੜ ਉੱਡ ਜੂ ਤੇ ਪਬਲਿਕ ਪਰੇਸ਼ਾਨ ਹੋ ਰਹੀ ਹੈ ਤੁਸੀਂ ਆਪਣੇ ਭਰਾਵਾਂ ਨੂੰ ਪਰੇਸ਼ਾਨ ਕਰ ਰਹੇ ਹੋ ਤੁਸੀਂ ਆਪਣੇ ਪੈਰ ਤੇ ਆਪ ਕਹਾੜਾ ਮਾਰ ਰਹੇ ਹੋ ਕਾਨੂੰਨ ਜੇ ਰੱਦ ਕਰਨੇ ਆ ਜਿੰਨਾ ਤੁਸੀਂ ਸ਼ੋਰ ਸ਼ਰਾਬਾ ਰੋਡਾਂ ਤੇ ਕਰਦੇ ਹੋ ਨਾਮ ਜੱਪੋ ਪਾਤਸ਼ਾਹ ਦੇ ਚਰਨਾਂ ਨਾਲ ਲੱਗੋ ਕਾਨੂੰਨ ਕੀ ਮੋਦੀ ਨੇ ਆਪ ਤੁਹਾਡੇ ਗਾੜੀ ਹੱਥ ਜੋੜਨੇ ਹੈ ਵੀ ਆ ਤੁਹਾਡਾ ਸਾਰਾ ਕਲੀਅਰ ਹੋ ਗਿਆ ਤੁਸੀਂ ਆਹੜੇ ਕੰਮ ਕਰਦੇਗੇ ਨਾ ਜਿਵੇਂ ਰੋਡ ਬੰਦ ਕਰਤਾ ਪਰੇਸ਼ਾਨੀ ਕੀਤੀ ਇਹ ਤੁਸੀਂ ਕਿਸੇ ਦਿਨ ਇਹੋ ਜੀ ਡਾਂ ਖੜਕੂਗੀ ਤੁਹਾਡੇ ਨਾਲ ਇਹੋ ਜੀ ਲੜਾਈ ਹੋਗੀ ਤੁਸੀਂ ਕਰਾਉਣੀ ਆ ਧਰਨਾ ਵਾਲਿਆਂ ਨੇ ਮੈਂ ਧਰਨੇ ਵਾਲਿਆਂ ਦੇ ਖਿਲਾਫ ਇਹ ਕਰਕੇ ਆ ਕਿ ਪਰੇਸ਼ਾਨ ਪਬਲਿਕ ਨੂੰ ਨਾ ਕਰੋ ਨਾ ਕਰੋ ਤੁਸੀਂ ਧਰਨਾ ਲਾਉਣਾ ਹੈ ਮੋਦੀ ਦੇ ਘਰੇ ਲਾਓ